ਸਤਿ ਸ਼੍ਰੀ ਅਕਾਲ ਦੋਸਤੋ ਪ੍ਰੋਗਰਾਮ ਅਖਬਾਰੀ ਸਾਥ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ 13 ਨਵੰਬਰ 2020 ਤਿਉਹਾਰਾਂ ਦਾ ਮਹੀਨਾ ਅ ਦੀਵਾਲੀ ਕੱਲ ਦੀ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਟਾਰਟ ਕਰ ਰਹੇ ਸੀ ਯਾਰ ਵੀ ਅਖਬਾਰੀ ਸਾਥ ਦੇ ਵਿੱਚ ਵੀ ਆਪਾਂ ਬੈਠੇ ਸਾਰੇ ਜਣੇ ਤੇ ਚਰਚਾ ਇਹ ਚੱਲੀ ਯਾਰ ਵੀ ਪਹਿਲਾਂ ਕੌਣ ਬੋਲੇਗਾ ਮੈਂ ਸਰਦਾਰ ਗੁਰਦੇਵ ਸਿੰਘ ਕੋਟ ਫੱਤਾ ਸਾਹਿਬ ਨੂੰ ਕਹਿੰਮਾ ਕਿ ਤੁਸੀਂ ਬੋਲੋ ਯਾਰ ਉਹ ਕਹਿੰਦੇ ਨਹੀਂ ਨਹੀਂ ਦਰਸ਼ਨ ਜੀ ਬੋਲਣਗੇ ਯਾਰ ਗੱਲ ਇਹ ਹੋਈ ਇਹ ਕਹਿੰਦੇ ਕਹਿੰਦੇ ਯਾਰ ਵੀ ਹਰ ਖਬਰ ਹੈ ਜਿਹਦੇ ਤੇ ਚਰਚਾ ਕਰ ਸਕਦੇ ਆ ਸਰਦਾਰ ਗੁਰਦੇਵ ਸਿੰਘ ਜੀ ਕਹਿੰਦੇ ਕਹਿੰਦੇ ਯਾਰ ਗੱਲ ਸਹੀ ਹੈ ਮੈਂ ਸੋਚਦਾ ਵੀ ਮੈਂ ਨਾ ਹੀ ਬੋਲਾ ਮੈਂ ਕਿਹਾ ਜੀ ਕਾਰਨ ਕੀ ਹੈ ਕਹਿੰਦੇ ਕਾਰਨ ਇਹ ਹੈ ਵੀ ਹੁਣ ਬੋਲ-ਬੋਲ ਕੇ ਵੀ ਥੱਕ ਗਏ ਆ ਇਹ ਜਿਹੜੀਆਂ ਬੁਰਾਈਆਂ ਨੇ ਨਾ ਇਹ ਹਟਦੀਆਂ ਨਹੀਂ ਪਈਆਂ ਘਟ ਨਹੀਂ ਹੁੰਦੀਆਂ ਪਈਆਂ ਅਸੀਂ ਲੋਕ ਚੰਗਿਆਈ ਤੋਂ ਬੁਰਾਈ ਵੱਲ ਜਾ ਰਹੇ ਆ ਤੇ ਜਦੋਂ ਬੁਰਾਈ ਵੱਲ ਜਾ ਰਹੇ ਆ ਤਾਂ ਸਰਦਾਰ ਦਰਸ਼ਨ ਸਿੰਘ ਜੀ ਕਹਿੰਦੇ ਬਿਲਕੁਲ ਮੈਂ ਤੁਹਾਡੇ ਨਾਲ ਐਗਰੀ ਹਾਂ ਤਾਂ ਤਾਰੂਫ ਜਿਹੜਾ ਆ ਉਹ ਪਹਿਲਾਂ ਮੈਂ ਕਰਵਾ ਦਿਆਂ ਸਾਡੇ ਭੂਦਤ ਸ਼ਰਮਾ ਜੀ ਅੰਕਲ ਗਿਆਨ ਚੰਦ ਜੀ ਸੋਦ ਅਕੰਦਰ ਸਿੰਘ ਜੀ ਡਾਕਟਰ ਦਰਸ਼ਨ ਸਿੰਘ ਜੀ ਜਗਸੀਰ ਸਿੰਘ ਜੀ ਤੇ ਗੁਰਦੇਵ ਜੀ ਉਹ ਇਹ ਜਿਹੜੀ ਮੈਂ ਗੱਲ ਕੀਤੀ ਵੀ ਤੁਸੀਂ ਕਹਿ ਰਹੇ ਹੋ ਯਾਰ ਵੀ ਵਾਕਈ ਗੱਲ ਸਹੀ ਹੈ ਨਾ ਵੀ ਅਸੀਂ ਚੰਗਿਆਈ ਵੱਲ ਤਾਂ ਜਾ ਹੀ ਨਹੀਂ ਰਹੇ ਅਸੀਂ ਬੁਰਾਈ ਵੱਲ ਜਾ ਰਹੇ ਹਾਂ ਕਿ ਇਹਦੇ ਪਿੱਛੇ ਚੱਕਰ ਕੀ ਕਾਰਨ ਕੀ ਹੈ ਵੀ ਅਸੀਂ ਲੋਕ ਜਦੋਂ ਕਿ ਅਸੀਂ ਦਿਨੋ ਦਿਨ ਬੜੇ ਸਿਆਣੇ ਹੁੰਦੇ ਜਾ ਰਹੇ ਹਾਂ ਬੜੇ ਐਜੂਕੇਟਿਡ ਹੁੰਦੇ ਜਾ ਰਹੇ ਹਾਂ ਸਾਨੂੰ ਸਮਝ ਆ ਰਹੀ ਹੈ ਫੇਰ ਵੀ ਅਸੀਂ ਲੋਕ ਚੰਗਿਆਈ ਨੂੰ ਛੱਡ ਕੇ ਬੁਰਾਈ ਵੱਲ ਬਹੁਤ ਜਲਦੀ ਆ ਜਾ ਰਹੇ ਹਾਂ ਕੀ ਕਹਾਂਗੇ ਇਹ ਇੱਕ ਨਾ ਬਹੁਤ ਐਕਚੁਅਲੀ ਵਿਸ਼ਾ ਹੀ ਇਹ ਹੈ ਮੈਂ ਜਿਹ ਕਹਾ ਵੀ ਇਹ ਇੰਪੋਰਟੈਂਟ ਹੈ ਐਕਚੁਅਲੀ ਵਿਸ਼ਾ ਹੀ ਇਹ ਹੈ ਸਾਨੂੰ 73 ਸਾਲ ਹੋ ਗਏ ਆ ਆਜ਼ਾਦ ਹੋયા ਨੂੰ ਜੀ ਲੋਕਾਂ ਵੱਲੋਂ ਲੋਕਾਂ ਪ੍ਰਤੀ ਲੋਕਾਂ ਦੀ ਸਰਕਾਰ ਪਰ ਮੈਨੂੰ ਅੱਜ ਵੀ ਇਹ ਮਹਿਸੂਸ ਹੁੰਦਾ ਵੀ ਜਿਵੇਂ ਦੁਨੀਆ ਬਾਕੀ ਹੋ ਸਕਦਾ ਆਜ਼ਾਦ ਹੋ ਗਈ ਹੋਵੇ ਪਰ ਮੈਂ ਆਪਣੇ ਆਪ ਨੂੰ ਆਜ਼ਾਦ ਨਹੀਂ ਸਮਝਦਾ ਮੈਂ ਹਾਲੇ ਵੀ ਗੁਲਾਮ ਹੀ ਸਮਝ ਰਿਹਾ ਆਪਣੇ ਆਪ ਨੂੰ ਮੈਂ ਆਜ਼ਾਦ ਹੋਇਆ ਨਹੀਂ ਐਕਚੁਅਲੀ ਕਿਉਂਕਿ ਜਿਹੜੀਆਂ ਮਤਲਬ ਗਵਰਨਮੈਂਟ ਦੀਆਂ ਲੋਕਾਂ ਪ੍ਰਤੀ ਡਿਊਟੀਆਂ ਹੁੰਦੀਆਂ ਨੇ ਲੋਕਤੰਤਰ ਦੇ ਵਿੱਚ ਉਹ ਉਹਨਾਂ ਦੀਆਂ ਸਮੱਸਿਆਵਾਂ ਸੋਲਵ ਕਰਨੀਆਂ ਹੁੰਦੀਆਂ ਪਰ ਉਹ ਦਿਨੋਂ ਦਿਨ ਜਿਹੜੀਆਂ ਹੈਗੀਆਂ ਵਾਧੀਆਂ ਜਾ ਰਹੀਆਂ ਹੈਗੀਆਂ ਬੇਸ਼ੱਕ ਬੇਰੁਜ਼ਗਾਰੀ ਲੈ ਲਓ ਬੇਸ਼ੱਕ ਰਿਸ਼ਵਤਖੋਰੀ ਲੈ ਲਓ ਬੇਸ਼ੱਕ ਸਾਡੀਆਂ ਜਿਹੜੀਆਂ ਹੋਰ ਜਿਹੜੀਆਂ ਹੈਗੀਆਂ ਕੋਈ ਵੀ ਆਪਾਂ ਕਿਸੇ ਕਿਸਮ ਦੀ ਕਰਾਪਸ਼ਨ ਲੈ ਸਕਦੇ ਹੈਗੇ ਆ ਜਾਂ ਸਮਾਜਿਕ ਹੈਗੀਆਂ ਨੇ ਜਿਵੇਂ ਦਹਿਸ਼ਤ ਦਹਿਸ਼ਤ ਪਾਉਣਾ ਇਹ ਵੀ ਆਮ ਚੱਲ ਰਿਹਾ ਹੈਗਾ ਬਲਾਤਕਾਰ ਜਿਹੜੇ ਹੈਗੇ ਉਹ ਵੀ ਉਵੇਂ ਚੱਲ ਰਹੇ ਹੈਗੇ ਆ ਔਰ ਮੈਂ ਇਹ ਸਮਝਦਾ ਵੀ ਇਹਦਾ ਕਾਰਨ ਇਹ ਹੈ ਵੀ ਸਾਡੀ ਸੁਸਾਇਟੀ ਇਹ ਦਸਤ ਚਲਦੀ ਚਲਦੀ ਮਾਰ ਚਲਦੀ ਚਲਦੀ ਇੱਥੋਂ ਤੱਕ ਪਹੁੰਚ ਚੁੱਕੀ ਹੈ ਵੀ ਅਸੀਂ ਉਸ ਤੋਂ ਟਾਲਾ ਵਟਦੇ ਆਂ ਵੀ ਜੇ ਇੱਥੇ ਬਲਾਤਕਾਰ ਹੋ ਰਿਹਾ ਹੋਵੇ ਅਸੀਂ ਪਾਸੇ ਮੂੰਹ ਕਰਕੇ ਟੱਪ ਜਾਈਏ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਔਰ ਇਹ ਬਹੁਤ ਵਰਸਟ ਸਟੇਜ ਹੁੰਦੀ ਹੈ ਕਿਸੇ ਸੋਸਾਇਟੀ ਦੀ ਜਦੋਂ ਕਿਸੇ ਬਾਰੇ ਬੋਲ ਨਾ ਸਕੇ ਜਾਂ ਟਿੱਪਣੀ ਨਾ ਕਰ ਸਕੇ ਜਿਹੜੀ ਸਮਾਜ ਵਿਰੋਧੀ ਕੰਮਾਂ ਬਾਰੇ ਸੋ ਇਸ ਮਤਲਬ ਜਿਹੜਾ ਹੈਗਾ ਇਸ ਨੂੰ ਜਿਹੜੀਆਂ ਗਵਰਨਮੈਂਟਾਂ ਜੋ ਵੀ ਮਤਲਬ ਕਿਸੇ ਕਿਸਮ ਦੀਆਂ ਆਈਆਂ ਨੇ ਉਹ ਇਸ ਵੱਲ ਧਿਆਨ ਦੇਣ ਦੀ ਬਜਾਏ ਲੋਕਾਂ ਦਾ ਧਿਆਨ ਜਿਹੜਾ ਉਹ ਹੋਰ ਪਾਸੇ ਖਿੱਚ ਸਕਦੀਆਂ ਨੇ ਔਰ ਗੈਰ ਜ਼ਿੰਮੇਵਾਰਾਨਾ ਕੰਮ ਕਰਦੀਆਂ ਨੇ ਜਿਸ ਤਰ੍ਹਾਂ ਮਤਲਬ ਪਿੱਛੇ ਜਿਹੜੀ ਸੀਗੀ ਐਜੀਟੇਟਰ ਜਿਹੜਾ ਫਾਰਮਰ ਆ ਉਹ ਕਰ ਰਿਹਾ ਹੈਗਾ ਐਜੀਟੇਸ਼ਨ ਕਰ ਰਿਹਾ ਹੈਗਾ ਉਹਦੀ ਗੱਲਬਾਤ ਕਰਾਉਣ ਲਈ ਇੱਕ ਜ਼ਿੰਮੇਵਾਰ ਬੰਦੇ ਵੱਲੋਂ ਲਦਾਖ ਚ ਬੈਠੇ ਸਿੱਖ ਫੌਜੀਆਂ ਦਾ ਵੇਰਵਾ ਦਿੱਤਾ ਗਿਆ ਧਾਰ ਕੋ ਭਾਵਨਾਵਾਂ ਮਤਲਬ ਪੜਕਾਉਣ ਲਈ ਔਰ ਇਥੋਂ ਤੱਕ ਕਿ ਜੰਮੂ ਕਸ਼ਮੀਰ ਦੀ ਸਾਫਕਾ ਜਿਹੜੀ ਮਤਲਬ ਉਹ ਸੀਐਮ ਹੈਗੀ ਆ ਉਸਨੇ ਇਥੋਂ ਤੱਕ ਕਹਿਦਾ ਵੀ ਯੂਥ ਜਿਹੜਾ ਹੈਗਾ ਉਹ ਬੰਦੂਕਾਂ ਚੱਕਣ ਲਈ ਮਜਬੂਰ ਹੈ ਵੀ ਤੁਸੀਂ ਛੇੜ ਰਹੇ ਹੋ ਵੀ ਹੋਰ ਕੀ ਕਰਨਗੇ ਉਹ ਜੇ ਨਹੀਂ ਚੰਗੇ ਵੀ ਕਿੱਡਾ ਗੈਰ ਜਿੰਮੇਵਰਾਨਾ ਜਿਹੜਾ ਬਿਆਨ ਹੈਗਾ ਇਹ ਗੱਲਾਂ ਜਿਹੜੀਆਂ ਨੇ ਨਾ ਇਹ ਦੂਜੇ ਪਾਸੇ دہشت ਪਾਉਂਦੀਆਂ ਨੇ ਉਹ ਇਸ ਪਾਸੇ ਉਹਨਾਂ ਦਾ ਧਿਆਨ ਹੀ ਨਹੀਂ ਹੈ ਸੋ ਇਸੇ ਤਰ੍ਹਾਂ ਹੀ ਜਿਹੜਾ ਹੁਣ ਖਾਸ ਕਰਕੇ ਜੇ ਆਪਾਂ ਖ਼ਬਰੀ ਲਈਏ ਤਾਂ ਇੱਕ ਹੋਰ ਮਤਲਬ ਜਿਹੜੀ ਗੱਲ ਚੱਲ ਰਹੀ ਹੈਗੀ ਅੱਜ ਕੱਲ ਉਹਦਾ ਜ਼ਿਕਰ ਬਹੁਤ ਘੱਟ ਹੋਇਆ ਪਤਾ ਨਹੀਂ ਕਿਉਂ ਉਹਦੇ ਬਾਰੇ ਬੌਦਰ ਨੇ ਕੀਤਾ ਖਾਲਸਤਾਨ ਬਾਰੇ ਵੀ ਜਿਹੜਾ ਇਹ ਗੰਗਾ ਸਿੰਘ ਢਿੱਲੋਂ ਵੇਲੇ ਤੋਂ ਉਹਦਾ 40 ਸਾਲ ਪਹਿਲਾਂ ਦਾ ਚੱਲ ਰਿਹਾ ਹੈਗਾ ਵੀ ਕੋਈ ਨਾਰੇ ਲਿਖ ਦਿੰਦਾ ਕੋਈ ਨਾਰੇ ਮਾਰੀ ਜਾਂਦਾ ਕੋਈ ਮਤਲਬ ਜਿਹੜਾ ਹੈਗਾ ਕੋਈ ਹੋਰ ਕਾਰਵਾਈ ਝੰਡਾ ਚੁਲਾ ਦਿੰਦਾ ਹੈਗਾ ਔਰ ਉਹਦੇ ਬਾਰੇ ਗੌਰ ਨਹੀਂ ਕੀਤਾ ਜਾ ਰਿਹਾ ਤਾਂ ਹੁਣ ਮੈਨੂੰ ਇਹ ਦੱਸੋ ਵੀ ਮੈਂ ਆਪਣੇ ਆਪ ਨੂੰ ਕਿਵੇਂ ਮਤਲਬ ਕਹਾਂ ਵੀ ਕਿ ਮੈਂ ਆਜ਼ਾਦ ਹੈਗਾ ਕਿਉਂਕਿ ਮੈਂ ਇੱਥੋਂ ਵੀ ਜਾਨਾ ਪਿੰਡਾਂ ਦਾ دہشت ਬਾਦ ਜਿਹੜਾ ਅਸੀਂ ਲਲਕਾਰੇ ਮਾਰਨੇ ਸੀ ਉਹ ਇੱਥੇ ਸ਼ਹਿਰਾਂ ਚ ਪਹੁੰਚ ਗਿਆ ਜਿਹੜਾ ਕੁਝ ਇੱਥੇ ਮਤਲਬ ਚੱਲ ਰਿਹਾ ਹੈਗਾ ਵੀ ਜਿਵੇਂ ਹੁਣ ਮੇਰੀ ਗਲੀ ਆ 20 ਫੁੱਟ ਗਲੀ ਆ ਔਰ ਉੱਥੇ ਜਿਹੜੀ 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 ਕਾਰ ਆ ਉਹ ਮੰਗ ਲਓ 60 ਕਿਲੋਮੀਟਰ ਤੇ ਜਾ ਰਹੀ ਹੁੰਦੀ ਆ ਕਿਸੇ ਦਾ ਬੱਚਾ ਬਾਹਰ ਨਿਕਲਿਆ ਇਹ ਕਿ دہشت ਹੈ ਵੀ ਅਸੀਂ ਬਾਹਰ ਨਿਕਲਣ ਤੋਂ ਵੀ ਓਕੇ ਸੋ ਮੈਂ ਫੀਲ ਕਰਦਾ ਵੀ ਮਤਲਬ ਮੈਂ ਹਾਲ ਤੱਕ ਵੀ ਯਾਦ ਨਹੀਂ ਹੋਇਆ ਸ਼ਾਇਦ ਮਤਲਬ ਮੇਰਾ ਕੋਈ ਰਿਸਪੌਂਸ ਮਿਲੇ ਜਿਹੜਾ ਸਰੋਤਿਆਂ ਵੱਲੋਂ ਤਾਂ ਸ਼ਾਇਦ ਇਹ ਵਿੱਚ ਕੋਈ ਹੋ ਸਕੇ ਬਿਲਕੁਲ ਡਾਕਟਰ ਦਰਸ਼ਨ ਸਿੰਘ ਜੀ ਨੇ ਜਿਹੜੀ ਗੱਲ ਕੀਤੀ ਕਿ ਮੈਂ ਹਲੇ ਤੱਕ ਆਜ਼ਾਦ ਨਹੀਂ ਹਾਂ ਵਾਕਿਆ ਗੱਲ ਕਾਫੀ ਹੱਦ ਤੱਕ ਸਹੀ ਵੀ ਹੈ ਸਾਡੇ ਤੇ ਬੜੀਆਂ ਬੰਦਿਸ਼ਾਂ ਨੇ ਜਿਹੜੀ ਇਹਨਾਂ ਨੇ ਇੱਕ ਗੱਲ ਕਹੀ ਵੀ ਦਰਸ਼ਕਾਂ ਵੱਲੋਂ ਜੇ ਕੋਈ ਐਦਾਂ ਦਾ ਰਿਸਪਾਂਸ ਮਿਲੇ ਦੇਖੋ ਇਹਦੇ ਨਾਲ ਇੱਕ ਕੀ ਹੋਏਗਾ ਵੀ ਜੇ ਲੋਕ ਜਿਹੜੇ ਹਮਖਿਆਲੀ ਲੋਕ ਹੁੰਦੇ ਨੇ ਉਹ ਜਦ ਥੋੜਾ ਜਿਹਾ ਬੰਦੇ ਨੂੰ ਮੋਟੀਵੇਟ ਕਰ ਦਿੰਦੇ ਨੇ ਨਾ ਤਾਂ ਕਿਤੇ ਨਾ ਕਿਤੇ ਬੰਦੇ ਨੂੰ ਇੱਕ ਤਸੱਲੀ ਹੋ ਜਾਂਦੀ ਹੈ ਕਿ ਮੇਰੇ ਵੀਰ ਕੋਈ ਗੱਲ ਨਹੀਂ ਆ ਬਿ ਤੁਸੀਂ ਮੇਰੇ ਨਾਲ ਹੋ ਮੈਨੂੰ ਹੌਸਲਾ ਦੇ ਰਹੇ ਹੋ ਤਾਂ ਹੋ ਸਕਦਾ ਕਿ ਮੈਂ ਤੁਹਾਡੇ ਪਿਆਰ ਸਦਕਾ ਆਪਣੇ ਆਪ ਨੂੰ ਆਜ਼ਾਦ ਸਮਝਾਂ ਸਰਦਾਰ ਗੁਰਦੇਵ ਸਿੰਘ ਤੁਸੀਂ ਵੀ ਸੋਚ ਰਹੇ ਸੀ ਯਾਰ ਵੀ ਮੈਂ ਨਹੀਂ ਬੋਲਣਾ ਮੈਂ ਥੱਕ ਗਿਆ ਇਹ ਬੋਲ ਬੋਲ ਕੇ ਯਾਰ ਵੀ ਇਹ ਸਰਕਾਰਾਂ ਇਦਾਂ ਕਰਦੀਆਂ ਇਹ ਨੇਤਾ ਲੋਗ ਇਦਾਂ ਕਰਦੇ ਨੇ ਇੱਥੇ ਕ੍ਰਪਸ਼ਨ ਬਹੁਤ ਹੈ ਇੱਥੇ ਯੇ ਬਹੁਤ ਆ ਉੱਥੇ ਬਹੁਤ ਆ ਅੱਛਾ ਗੱਲਾਂ ਕਿਉਂ ਹੁੰਦੀਆਂ بڑے ਲੋਕ ਕਹਿੰਦੇ ਯਾਰ ਵੀ ਪਾਜੀ ਪੋਜ਼ਿਟਿਵ ਗੱਲਾਂ ਪੋਜ਼ਿਟਿਵ ਕੀਤੀਆਂ ਕਿੱਥੋਂ ਜਾਂ ਸਰਦਾਰ ਅਗਰਦੇਸ ਸਿੰਘ ਤੁਸੀਂ ਦੱਸੋ ਹੁਣ ਸਾਰੇ ਜਣੇ ਸਿਆਣੇ ਬੰਦੇ ਬੈਠੇ ਐ ਕੀ ਪੋਜ਼ਿਟਿਵਿਟੀ ਤੁਹਾਨੂੰ ਇਸ ਸਮਾਜ ਦੇ ਵਿੱਚ ਜ਼ਿਆਦਾ ਦਿਖਦੀ ਹੈ ਅੰਦੇ ਅਖਬਾਰੀ ਸਾਧ ਦੇ ਸਾਥੀ ਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਪਹਿਲਾਂ ਕੱਲ ਨੂੰ ਸਾਡੀ ਸ਼ਾਇਦ ਛੁੱਟੀ ਹੋਏਗੀ ਅਖਬਾਰੀ ਸਾਧ ਜੀ ਨਹੀਂ ਜੀ ਕਿਉਂ ਹੋਏਗੀ ਅੱਛਾ ਚਲੋ ਮੈਂ ਅਡਵਾਂਸ ਦੀਵਾਲੀ ਦੀਆਂ ਮੁਬਾਰਕਾਂ ਦਿੰਦਾ ਸਾਰਿਆਂ ਸਾਰੇ ਭਾਈਚਾਰਿਆਂ ਵਾਸਤੇ ਇਹ ਸਾਂਝਾ ਤਿਹਾਰ ਹੈ ਤੇ ਸਾਂਝਾ ਤਿਹਾਰ ਤਾਂ ਹੀ ਇਹ ਬਣ ਸਕਦਾ ਜੇ ਅਸੀਂ ਆਹ ਦੀਵੇ ਤੇ ਲਾਈਟਾਂ ਬਾਹਰੀਆਂ ਕਰਕੇ ਜਗਾਉਣ ਨਾਲੋਂ ਆਪਦੇ ਮਨ ਦੇ ਦੀਵੇ ਜਿਹੜੇ ਰਸ਼ਨਾਈਏ ਉੱਥੇ ਆਪਾਂ ਇੱਕ ਦੂਜੇ ਨਾਲ ਭਾਈਚਾਰਕ ਸਾਥ ਨੂੰ ਵਧਾਈਏ ਜੇ ਕੋਈ ਦੁਖੀ ਹੋਵੇ ਮਦਦ ਕਰੀਏ ਜਿਹੜਾ ਸੁਖੀ ਆ ਉਸ ਨੂੰ ਦੂਜੇ ਬਾਰੇ ਸੋਚਣ ਵਾਸਤੇ ਪ੍ਰੇਰਿਏ ਇਹ ਤਾਂ ਹੈ ਜੀ ਆਪਣਾ ਸਮਾਜ ਤਾਂ ਭਾਈਚਾਰਾ ਤਾਂ ਹੀ ਵਧੇਗਾ ਇਤਿਹਾਾਰ ਇਹ ਜੋ ਆਪਾਂ ਮਨਾਉਂਦੇ ਆ ਮੇਲੇ ਜਾਂ ਕੋਈ ਕਿਸਮ ਦੇ ਆਪਾਂ ਇਕੱਠ ਕਰਦੇ ਆ ਉਹ ਭਾਈਚਾਰਕ ਸਾਂਝ ਵਾਸਤੇ ਹੁੰਦੇ ਨੇ ਪਰ ਜਦੋਂ ਸਾਡੀਆਂ ਵੱਖਰੀਆਂ ਵੱਖਰੀਆਂ ਧਾਰਮਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਜਾਂ ਆਰਥਿਕ ਤੌਰ ਤੇ ਸਾਡੀਆਂ ਜਿਹੜੀ ਗੁੱਟਬੰਦੀ ਹੁੰਦੀ ਆ ਉਹਦੇ ਵਿੱਚ ਸਾਰਿਆਂ ਦਾ ਹੀ ਨੁਕਸਾਨ ਹੁੰਦਾ ਜੇ ਕੋਈ ਅਮੀਰ ਬੰਦਾ ਹੈ ਉਹ ਨਹੀਂ ਦੋਨੋਂ ਵੀ ਨਹੀਂ ਆਉਂਦੀ ਕਿਉਂਕਿ ਮੈਨੂੰ ਗਰੀਬ ਨਾ ਪੈ ਜਾਣ ਮੈਨੂੰ ਇਹ ਮਾਰੇ ਬੋਲਦੇ ਨੇ ਇਹ ਮੇਰੇ ਤੇ ਕਟਾਸ ਕਰਦੇ ਨੇ ਸੋ ਦੁਖੀ ਸਾਰੇ ਹੋ ਜਾਂਦੇ ਨੇ ਸੋ ਦੀਵਾਲੀ ਦੀਆਂ ਮੁਬਾਰਕਾਂ ਦਿੰਦਾ ਹੋਇਆ ਸਾਰਿਆਂ ਨੂੰ ਇਹ ਹੀ ਸੁਝਾ ਦੇਵਾਂਗਾ ਵੀ ਇੱਕ ਦੂਜੇ ਨਾਲ ਮੇਲ ਮਲਾਪ ਨਾਲ ਤੇ ਪ੍ਰੇਮ ਭਾਵ ਨਾਲ ਸਾਰੀ ਜ਼ਿੰਦਗੀ ਗੁਜ਼ਾਰਨ ਵਾਸਤੇ ਆਪਾਂ ਤਹਈਆ ਕਰੀਏ ਤੇ ਬਾਕੀ ਜਿੱਥੋਂ ਤੱਕ ਆ ਹੁਣ ਅੰਦੋਲਨ ਜਿਹੜਾ ਵੱਡਾ ਚੱਲ ਰਿਹਾ ਬਹੁਤ ਤਰਾਸਦੀ ਵੱਡੀ ਆ ਪੰਜਾਬ ਦੀ ਸਾਨੂੰ ਵੱਖਰਾ ਦੇਸ਼ ਹੀ ਬਣਾਤਾ ਪੰਜਾਬ ਨੂੰ ਕਟਆਫ ਕਰਤਾ ਨਾ ਅਸੀਂ ਕਿਤੇ ਜਾ ਸਕਦੇ ਆ ਨਾ ਆ ਸਕਦੇ ਆ ਨਾ ਕੋਈ ਇੱਥੇ ਸਾਡਾ ਕੋਈ ਸੁਧਾਰ ਹੋ ਰਿਹਾ ਕੰਮਕਾਰ ਖੜੇ ਨੇ ਲੋਕਾਂ ਦੇ ਠੀਕ ਆ ਖੇਤੀ ਜਿਹੜੀ ਹੈਗੀ ਆ ਇੱਕ ਅੱਧਾ ਜੀ ਉਹਨਾਂ ਦਾ ਕਿਸਾਨਾਂ ਦਾ ਉੱਕਰ ਹੀ ਜਾ ਰਿਹਾ ਉਹ ਹੋ ਜਾਣੀ ਆ ਪਰ ਜਿਹੜਾ ਆਮ ਲੋਕਾਂ ਦਾ ਦੂਸਰਿਆਂ ਦਾ ਹੋਰ ਵੀ ਨੁਕਸਾਨ ਹੋ ਰਿਹਾ ਉਹ ਬਹੁਤ ਵੱਧ ਭੱਗਾ ਤੇ ਇਹ ਗੱਲ ਇੱਕੋ ਆਪਣੇ ਪੰਜਾਬੀ ਚ ਘਾਵਤ ਆ ਉਹ ਫਿਰ ਇਹ ਕਹਿੰਦਾ ਨੱਥ ਕਢਾਉਣ ਨੂੰ ਉਹ ਫਿਰ ਇਹ ਨੱਕ ਵਡਾਉਣ ਨੂੰ ਸਰਕਾਰ ਜਿਹੜੀ ਕੇਂਦਰ ਦੀ ਉਹ ਤਾਂ ਸਾਡਾ ਪੰਜਾਬ ਦਾ ਨੱਕ ਵਧਣ ਨੂੰ ਫਿਰਦੀ ਆ ਤੇ ਅਸੀਂ ਕਹਿੰਨੇ ਸਾਡੀ ਨੱਥ ਕਢਾਉਣ ਜਾਣੀ ਹੁਣ ਜਿਵੇਂ ਕੱਲ ਆਹਾ ਚੰਗੀ ਗੱਲ ਹੋਵੇ ਜੇ ਕੋਈ ਗੱਲ ਸਿਰੇ ਲੱਗ ਜੇ ਪਰ ਮੈਨੂੰ ਲੱਗਦਾ ਨਹੀਂ ਇਹਨਾਂ ਵਿੱਚੋਂ ਕੁਝ ਨਿਕਲਣ ਵਾਲੀ ਗੱਲ ਆ ਕਿਉਂਕਿ ਉਹਨਾਂ ਤੇ ਇੱਕ ਸਬਕ ਸਿਕਾਉਣਾ ਹੈ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਨੇ ਇਹ ਨਹੀਂ ਵੇਖਣਾ ਇੱਥੇ ਇੱਕ ਤਰਾਸ ਦੀ ਵੱਡੀ ਇਹ ਰਹੀ ਆ ਜਦੋਂ ਵੀ ਕੋਈ ਜਥੇਬੰਦੀ ਇੱਥੇ ਸਿਰਮੌਰ ਪੰਜਾਬ ਦੀ ਗੱਲ ਕਰਦੀ ਆ ਤੇ ਸਾਡੇ ਸਾਡੇ ਹਿੰਦੂ ਵੀਰ ਨੇ ਜਿਹੜੇ ਉਹ ਇਹਨੂੰ ਕਹਿੰਦੇ ਨੇ ਵੀ ਕੀ ਕਰਤਾ ਮੈਂ ਇਹਨੂੰ ਇੱਕ ਯਾਦ ਹੈ ਜਦੋਂ ਲੰਗੋਵਾਲ ਸਮਝੌਤਾ ਹੋਇਆ ਜੀਵ ਗਾਂਧੀ ਨਾਲ ਤੇ ਸਾਡੇ ਨਾਲ ਦੇ ਸਾਥੀ ਜਿਹੜੇ ਦੂਸਰੇ ਮਤਲਬ ਆਪਣੀ ਜਮਾਤ ਦੇ ਉਹ ਕਹਿੰਦੇ ਕੀ ਲੈ ਲਿਆ ਯਾਰ ਆ ਪਾਣੀ ਕੀ ਹੁੰਦਾ ਇਹ ਬਿਜਲੀ ਕੀ ਹੁੰਦੀ ਆ ਇਹ ਕੀ ਚੰਡੀਗੜ੍ਹ ਕੀ ਆ ਪੰਜਾਬੀ ਬੋਲਦੇ ਲੱਖ ਸੋ ਅਸੀਂ ਇੱਕ ਜੋਟ ਇੱਥੇ ਪੰਜਾਬ ਦੇ ਵਸਨੇ ਗਿਆਂ ਸਾਨੂੰ ਇੱਕੋ ਦਾ ਪਾਉਣ ਪਾਣੀ ਇਹ ਸਾਰਾ ਖਾਦੇ ਪੀਂਦੇ ਆ ਇੱਥੇ ਇੱਕ ਹੋਣਾ ਚਾਹੀਦਾ ਤੇ ਉਹਨਾਂ ਜਰ ਗੱਲ ਨਹੀਂ ਬਣਨੀ ਭਰਾਓ ਜਿੰਨਾ ਚਿਰ ਤੁਸੀਂ ਇੱਕ ਲਾਈਨ ਨਹੀਂ ਕੱਢਦੇ ਜੇ ਇਹ ਮੈਂ ਤੇ ਇੱਕ ਸਭ ਤੋਂ ਵੱਡੀ ਗੱਲ ਇਹ ਕਹਿੰਦਾ ਵੀ ਬਾਦਲ ਸਾਹਿਬ ਖਾਲਸਾ ਰਾਜ ਕਰਦਾ ਕਰਦੇ ਮਹਾਰਾਜਾ ਰਣਜੀਤ ਸਿੰਘ ਦੇ ਗੌਣ ਗੌਦੇ ਤੇ ਪੰਜਾਬ ਨੂੰ ਇੱਥੇ ਸਿੱਟਦਾ ਵੀ ਉਹ ਖੜੇ ਤੇ ਉਹਨਾਂ ਨੇ ਕੀ ਹੋਣਾ ਉਹ ਰੋਟੀ ਪੱਖੋਂ ਵੀ ਆਰਥਿਕ ਪੱਖੋਂ ਵੀ ਪੰਜਾਬ ਸਾਡਾ ਕਮਜ਼ੋਰ ਹੁੰਦਾ ਜਾ ਰਿਹਾ ਸੋ ਆ ਹੁਣ ਹੁਣ ਵੀ ਸਿੱਖ ਆ ਬਾਰਾਂ ਨੂੰ ਵੀ ਸਿੱਖ ਸੀਗੇ ਤੇ ਇਹਨਾਂ ਨੇ ਕੀ ਕਰਤਾ ਮਹਾਰਾਜਾ ਰਣਜੀਤ ਸਿੰਘ ਅਗਲੇ ਰਾਜ ਦਾ ਮਹਾਰਾਜਾ ਰਣਜੀਤ ਸਿੰਘ ਨੇ ਸਾਰਿਆਂ ਨੂੰ ਕਲਾਵੇ ਚ ਲੈ ਕੇ ਇੱਕ ਤਰ੍ਹਾਂ ਮਤਲਬ ਉਹਨਾਂ ਨੇ ਰੂਲ ਚਲਾਇਆ ਕੋਈ ਮਤਲਬ ਉਹਨਾਂ ਨੇ ਗਵਰਨਸ ਕੀਤੀ ਆ ਰੂਲ ਡੰਡਾ ਨਹੀਂ ਚਲਾਇਆ ਸੋ ਸਾਡੇ ਅੱਜ ਦੇ ਜਿਹੜੀਆਂ ਇਹ ਪੋਲਿਟਿਸ਼ਨ ਪਾਰਟੀਆਂ ਨੇ ਇਹਨਾਂ ਨੂੰ ਇਹ ਹੋਣਾ ਚਾਹੀਦਾ ਪਰ ਅਸੀਂ ਰੋਜ਼ ਇਹ ਗੱਲ ਕਰਦੇ ਆਂ ਵੀ ਚਾਹੀਦਾ ਐਂ ਚ ਐਂ ਹੋਣਾ ਚਾਹੀਦਾ ਪਰ ਲੋਕ ਹੀ ਉੱਠਣਗੇ ਜਦੋਂ ਉੱਠੇ ਕਿਉਂਕਿ ਸਦਾ ਆਪਾਂ ਕ੍ਰਾਂਤੀਆਂ ਦੇਖੀਆਂ ਨੇ ਫਰਾਂਸ ਦੀ ਦੇਖੀ ਆ ਰਸ਼ੀਆ ਦੇ ਦੇਖੀ ਆ ਮਿਸਰ ਚ ਕੀ ਹੁੰਦਾ ਨਿੱਕੇ ਨਿੱਕੇ ਦੇਸ਼ਾਂ ਚ ਹੋਰ ਕੀ ਹੋ ਰਿਹਾ ਹੈ ਹਾਂਗਕਾਂਗ ਚ ਵੇਖ ਲਓ ਚਾਈਨਾ ਕਿੰਨਾ ਸਟਰੋਂਗ ਆ ਉੱਥੇ ਵੀ ਅਗਲੇ ਫਿਗਰ ਚ ਪਾ ਦਿੰਦੇ ਨੇ ਸੋ ਸਾਰਿਆਂ ਦਾ ਧੰਨਵਾਦ ਜੀ ਤੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਵੀ ਤੁਸੀਂ ਇੱਕ ਸੋਚ ਉਠਾਓ ਜਿਹਦੇ ਵਿੱਚ ਕੋਈ ਲਾਲਚ ਨਾ ਹੋਵੇ ਤਾਂ ਹੀ ਸਾਡੀ ਤਕੀ ਕਰ ਸਕਾਂਗੇ ਤੇ ਤਾਂ ਹੀ ਅਸੀਂ ਦੂਜਾ ਨੂੰ ਕਹਿ ਸਕਾਂਗੇ ਜੇ ਅਸੀਂ ਚੰਗੇ ਬਣ ਸਕੀਏ ਤਾਂ ਇਹਨਾਂ ਨੇ ਗੱਲ ਕੀਤੀ ਵੀ ਪਹਿਲਾਂ ਇਹਨਾਂ ਨੇ ਇੱਕ ਗੱਲ ਕੀਤੀ ਸੀ ਕਿ ਉਹ ਫਿਰ ਨੱਥ ਘੜਾਉਣ ਨੂੰ ਤੇ ਉਹ ਫਿਰ ਨੱਕ ਵੜਾਉਣ ਨੂੰ ਮੇਰੇ ਤਾਇ ਜੀ ਦਾ ਬੇਟਾ ਕਹਿੰਦਾ ਹੁੰਦਾ ਸੀਗਾ ਕਹਿੰਦਾ ਮਾਂ ਮਰ ਗਈ ਭੁੱਖ ਨਾਲ ਤੇ ਪਿਓ ਮਰ ਗਿਆ ਦੁੱਖ ਨਾਲ ਪੁੱਤ ਦਾ ਨਾਮ ਸੁਖੀਰਾਮ ਇਹ ਉਹ ਚੱਕਰ ਆ ਕਿ ਅਸੀਂ ਲੋਕ ਤਾਂ ਇਦਾਂ ਮਰੀ ਜਾਂਦੇ ਤੇ ਸਾਡੇ ਪੀਐਨ ਸਾਹਿਬ ਉਹ ਫਿਰ ਕਹਿੰਦੇ ਨੇ ਵੀ ਮੈਨੇ ਇਹ ਕੀਤਾ ਮੈਨੇ ਉਹ ਕੀਤਾ ਜ਼ਿੰਮੇਵਾਰੀਆਂ ਹੁਣ ਸਰਦਾਰ ਸਿਕੰਦਰ ਸਿੰਘ ਜੀ ਨੇ ਇਹ ਪੁਲਿਸ ਡਿਪਾਰਟਮੈਂਟ ਚ ਰਹੇ ਨੇ ਇਹਨਾਂ ਨੂੰ ਪੁੱਛਦੇ ਆ ਤੁਸੀਂ ਮੈਨੂੰ ਲੱਗਦਾ ਵੀ ਸਾਡੇ ਸਾਰਿਆਂ ਨਾਲ ਵੱਧ ਇਸ ਸਮਾਜ ਦੇ ਵਿੱਚ ਦੇਖੇ ਨੇ ਬੜੇ ਰੰਗ ਦੇਖੇ ਨੇ ਤੁਸੀਂ ਤੁਹਾਡੇ ਹਿਸਾਬ ਨਾਲ ਇਹ ਕੀ ਹੋ ਕੀ ਰਿਹਾ ਪਹਿਲਾਂ ਤਾਂ ਸਾਰੇ ਸਾਥ ਨੂੰ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਦੂਜੀ ਸਾਰੇ ਸਰੋਤਿਆਂ ਨੂੰ ਤੇ ਸਾਰੇ ਸਾਥੀਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਜਿਹੜੀ ਦਿਵਾਲੀ ਹੈਗੀ ਇਹ ਸ਼੍ਰੀ ਰਵਾਮ ਭਗਵਾਨ ਜੀ ਮਹਾਰਾਜ 14 ਸਾਲ ਦਾ ਬਨਾਸ ਕੱਟ ਕੇ ਆਏ ਸੀਗੇ ਉਹਨਾਂ ਦੇ ਆਉਣ ਤੇ ਸਾਡੇ ਦੇਸ਼ ਵਿੱਚ ਦੀਪਮਾਲਾ ਕੀਤੀ ਗਈ ਸੀਗੀ ਤੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਕਿਲੇ ਦੇ ਵਿੱਚੋਂ ਸਾਰੇ ਰਾਜਿਆਂ ਨੂੰ ਬੰਦਿਆਂ ਨੂੰ ਛੁਡਵਾ ਕੇ ਲੈ ਕੇ ਆਏ ਸੀ ਉਹਦੀ ਵੀ ਇਹ ਦੀਪਮਾਲਾ ਖੁਸ਼ੀਚ ਕੀਤੀ ਜਾ ਰਹੀ ਹੈਗੀ ਵੜਾ ਵੱਡਾ ਤਿਹਾਰ ਆ ਸਾਡੇ ਹਿੰਦੁਸਤਾਨ ਦਾ ਇਹ ਦੀਵਾਲੀ ਦਾ ਜੀ ਜੀ ਪਰ ਅੱਜ ਤਾਂ ਅੱਜ ਤਾਂ ਸਾਡੇ ਜਿਹੜੇ ਬਾਬੇ ਨੇ ਬਾਬਾ ਕੰਪਿਊਟਰ ਜੀ ਨੇ ਫੜੇ ਗਏ ਨੇ ਹੁਣ ਪਹਿਲਾਂ ਬਾਬਾ ਜੀ ਫੜੇ ਗਏ ਸੰਤ ਫੜੇ ਗਏ ਕਈ ਉਹਨਾਂ ਨੇ ਕੀ ਕੀਤਾ ਇੱਥੇ ਵੇਖ ਲੈਂਦੇ ਆ ਵੀ ਕਿਹੜੇ ਦਰਿਆ ਤੇ ਜਗ੍ਹਾ ਖਾਲੀ ਪਈ ਐ ਉਥੇ ਆਸ਼ੀਰਵਾਦ ਲੈ ਕੇ ਇਹਨਾਂ ਦਾ ਆਪਣੇ ਸਿਆਸੀ ਬੰਦਿਆਂ ਦਾ ਆਸ਼ੀਰਵਾਦ ਲੈ ਕੇ ਦੋ-ਦੋ ਕਿੱल्ल्या ਵਿੱਚ ਆਸ਼ਰਮ ਬਣਾ ਲੈਂਦੇ ਆਗੇ ਤੇ ਫਿਰ ਉੱਥੇ ਸਾਡੀ ਜਨਤਾ ਜਿਹੜੀ ਜਾਂਦੀ ਹੈਗੀ ਉਹਨਾਂ ਨੂੰ ਆਸ਼ੀਰਵਾਦ ਉਹਨਾਂ ਤੋਂ ਆਸ਼ੀਰਵਾਦ ਲੈਣ ਜਾਂਦੀ ਹੈਗੀ ਹੁਣ ਤਾਂ ਇਹ ਜੇ ਆਰਾਮ ਭਗਵਾਨ ਆ ਗਏ ਨੇ ਜਿਨ੍ਹਾਂ ਨੇ ਡੇਰੇ ਬਣਾ ਲਏ ਚੰਗੀਆਂ ਕਾਰਾਂ ਲੈ ਲੀਆਂ ਚੰਗੇ ਆਪ ਦੇ ਮਲਕੇ ਸਿਆਸੀ ਉਹਦੇ ਲੈ ਲੇ ਤੇ ਉਹ ਸੀਗੇ ਪਹਿਲਾਂ ਸੀਗੇ ਸੰਤ ਵੀ ਸੀ ਭਗਵਾਨ ਵੀ ਸੀ ਤੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦਿੱਤਾ ਗਿਆ ਉਹ ਸੰਤ ਵੀ ਸੀ ਸਿਪਾਹੀ ਵੀ ਸੀ ਵੇਖੋ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਨੇ ਉਹਨਾਂ ਨੇ ਆਪ ਦਾ ਸੰਤ ਵੀ ਬਣ ਕੇ ਵਿਖਾਇਆ ਤੇ ਸਿਪਾਹੀ ਵੀ ਬਣ ਕੇ ਵਿਖਾਇਆ ਉਹ ਸੀ ਗੁਰੂ ਜਿਹੜੇ ਹੁਣ ਤੁਸੀਂ ਇਹ ਬੰਦਿਆਂ ਨੂੰ ਗੁਰੂ ਧਾਰ ਲਿਆ ਇਹ ਕੋਈ ਗੁਰੂ ਨਹੀਂ ਹੈਗੇ ਤੁਸੀਂ ਮੈਂ ਤਾਂ ਇਹ ਹੀ ਕਹੂੰਗਾ ਕਿਸੇ ਵੀ ਧਰਮ ਦੇ ਵਿੱਚੋਂ ਜੇ ਭਗਵਾਨ ਰਾਮ ਦਾ ਨਾਮ ਲੈਣ ਤੇ ਭਗਵਾਨ ਦਾ ਰਾਮ ਦਾ ਨਾ ਹੀ ਲਓ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਲੈਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਲਓ ਤੁਸੀਂ ਆਪ ਦੇ ਧਰਮ ਤੇ ਪੱਕੇ ਰਹੋ ਤੇ ਐਵੇਂ ਡੇਰਿਆਵਾਦਾਂ ਵਿੱਚ ਜਾਂ ਹੋਰ ਕਿਤੇ ਜਾਣ ਦੀ ਕੋਈ ਲੋੜ ਨਹੀਂ ਗਈ ਤੇ ਦਿਵਾਲੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਐਵੇਂ ਦਿਵਾਲੀ ਦੇ त्यौਹਾਰ ਨੂੰ ਆਪਣੇ ਘਰੇ ਬੈਠ ਕੇ ਮਨਾਓ ਪਟਾਕਿਆਂ ਤੋਂ ਰਹਿਤ ਰਹੋ ਤੇ ਬੱਚਿਆਂ ਨੂੰ ਆਪਦਿਆਂ ਨੂੰ ਚੰਗਾ ਦੱਸੋ ਵੀ ਪਟਾਕਿਆਂ ਦਾ ਕੋਈ ਫਾਇਦਾ ਨਹੀਂ ਚਲਾਉਣ ਦਾ ਦੂਜੀ ਮੈਂ ਬਠਿੰਡੇ ਦੇ ਵਿੱਤ ਮੰਤਰੀ ਸਾਹਿਬ ਨੂੰ ਵਧਾਈਆਂ ਦੇਣਾ ਬਠਿੰਡੇ ਦੀਆਂ ਤੇ ਨਾਲ ਬੇਨਤੀ ਕਰਦਾ ਉਹਨਾਂ ਨੂੰ ਵੀ ਇੱਥੋਂ ਦੇ ਬੱਚਿਆਂ ਨੂੰ ਐਜੂਕੇਸ਼ਨ ਬਾਰੇ ਜਿਨ੍ਹਾਂ ਦੇ ਸਕੂਲਾਂ ਵਿੱਚ ਫੀਸਾਂ ਨਹੀਂ ਭਰੀਆਂ ਜਾਂਦੀਆਂ ਜਾਂ ਜਿਨ੍ਹਾਂ ਦੇ ਬੱਚਿਆਂ ਕੋਲ ਕੋਈ ਮੋਬਾਈਲ ਦਾ ਸਾਧਨ ਨਹੀਂਗਾ ਉਹ ਬੱਚੇ ਪੜ੍ਹਾਈ ਤੋਂ ਵਾਂਝੇ ਹੋ ਰਹੇ ਨੇਗੇ ਉਹਨਾਂ ਦਾ ਕੋਈ ਕਮੇਟੀ ਬਣਾ ਕੇ ਜਰੂਰ ਉਹਨਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਉਹਨਾਂ ਬੱਚਿਆਂ ਦਾ ਸਾਲ ਨਾ ਖਰਾਬ ਹੋਵੇ ਦਿਵਾਲੀ ਦੀਆਂ ਇਹ ਹੀ ਮੁਬਾਰਕਾਂ ਨੇ ਵਿੱਤ ਮੰਤਰੀ ਸਾਹਿਬ ਤੁਹਾਨੂੰ ਜੀ ਤੁਸੀਂ ਬੜੇ ਵਧੀਆ ਬੰਦੇ ਹੋਗੇ ਇਹ ਨੇਕ ਕੰਮ ਕਰੋ ਜੀ ਤਾਂ ਕਿ ਤੁਹਾਡੀ ਵੀ ਉਪਮਾ ਹੋਵੇ ਬੱਚੇ ਤੁਹਾਨੂੰ ਸੀਸਾ ਦੇਣ ਬੀਬੇਤ ਮੰਤਰੀ ਸਾਹਿਬ ਨੇ ਸਾਡੀ ਪਕਾਰ ਸੁਣੀ ਹੈ ਉਹ ਘਰੇ ਬੈਠਿਆ ਕੋਈ ਉਹਨਾਂ ਨੂੰ ਪੜ੍ਹਾਈ ਦਾ ਨਹੀਂ ਕੋਈ ਉਹ ਨੈਟਵਰਕ ਨਹੀਂ ਉਹਨਾਂ ਕੋਲੇ ਕੁਝ ਨਹੀਂ ਹੈਗਾ ਉਹ ਇੱਕ ਸਾਲ ਉਹਨਾਂ ਦਾ ਮਾਰਿਆ ਜਾ ਰਿਹਾ ਹੈਗਾ ਤੇ ਇਮਤਿਹਾਨਾਂ ਦੇ ਦਿਨ ਹੋ ਗਏ ਨੇੜੇ ਆ ਗਏ ਨੇ ਇਸ ਕਰਕੇ ਤੁਹਾਨੂੰ ਬੇਨਤੀ ਹੱਥ ਬਨ ਕੇ ਵੀ ਉਹਨਾਂ ਬੱਚਿਆਂ ਬਣੀ ਜਰੂਰ ਧਿਆਨ ਦਿਓ ਜੀ ਸਤਿ ਸ੍ਰੀ ਅਕਾਲ ਜੀ ਬਿਲਕੁਲ ਜੀ ਬਿਲਕੁਲ ਵਾਕਿਆ ਇਹ ਵੀ ਗੱਲ ਇਹਨਾਂ ਦੀ ਬੜੀ ਸਹੀ ਹੈ ਕਿ ਇੱਕ ਤਾਂ ਇਹਨਾਂ ਨੇ ਗੱਲ ਕੀਤੀ ਵੀ ਯਾਰ ਤੁਸੀਂ ਆਪਣੇ ਧਰਮ ਦੇ ਪੱਕੇ ਰਵੋ ਜਿਸ ਧਰਮ ਦੇ ਨਾਲ ਵੀ ਤੁਸੀਂ ਜੁੜੇ ਹੋ ਜਰੂਰੀ ਨਹੀਂ ਉਹ ਬਾਬਿਆਂ ਦੇ ਲੜ ਲੱਗ ਕੇ ਘਰ ਬਰਬਾਦ ਕਰਨੇ ਨੇ ਪਰ ਸਭ ਤੋਂ ਵੱਡਾ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਕਿ ਧਰਮ ਹੈ ਜਿਹੜਾ ਉਹ ਇਨਸਾਨੀਅਤ ਵਾਲਾ ਧਰਮ ਹੈ ਇਨਸਾਨੀਅਤ ਜਦੋਂ ਤੁਸੀਂ ਬਰਕਰਾਰ ਰੱਖੋਗੇ ਇਨਸਾਨੀਅਤ ਦਾ ਚੋਲਾ ਨਹੀਂ ਲਾਉਂਗੇ ਸ਼ੈਤਾਨੀ ਦਾ ਚੋਲਾ ਨਹੀਂ ਪਾਉਂਗੇ ਤਾਂ ਮੇਰੇ ਹਿਸਾਬ ਨਾਲ ਤੁਹਾਡਾ ਇਨਸਾਨੀਅਤ ਵਾਲਾ ਚੋਲਾ ਦਾਗਦਾਰ ਨੇ ਕਦੀ ਹੋਏਗਾ ਜਗਸੀਰ ਸਿੰਘ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਓਹੋ ਬੋਲੋ ਜੀ ਅੱਜ ਲੜਿਆਣੇ ਤੋਂ ਲੱਗੀ ਹੈ ਜੀ ਖਬਰ ਤਿੰਨ ਕੰਪਨੀਆਂ ਬਣਾ ਕੇ 158 ਕਰੋੜ ਰੁਪਏ ਦੇ ਬਿੱਲ ਤੇ 21 ਕਰੋੜ ਰੁਪਿਆ ਫੰਡ ਲੈ ਲਿਆ ਦੇਖੋ ਸਾਡਾ ਮੈਕਮਾਈਂ ਕੰਟੈਕਸ ਕਿੱਥੇ ਆ ਠੀਕ ਹੈ ਜੀ ਮਾਰੀ ਦੀ ਕੋਈ ਆਮ ਬੰਦੇ ਤੋਂ ਰਿਟਰਨ ਤੇ ਕੋਈ ਗਲਤੀ ਹੋ ਜਾਂਦੀ ਹੈ ਉਹਨੂੰ ਤਾਂ ਜੁਰਮਾਨੇ ਵੀ ਪਾਏ ਜਾਂਦੇ ਆ ਫੜਿਆ ਵੀ ਜਾਂਦਾ ਕਿੰਨਾ ਕੋ ਤੰਕ ਕੀਤਾ ਜਾਂਦਾ ਤੇ ਇਹਨਾਂ ਨੂੰ ਹੁਣ ਜ ਸਜ਼ਾ ਸਖਤ ਦੇ ਦੇਣ ਉਸ ਤੋਂ ਬਾਅਦ ਨਾ ਕਰੇ ਕੋਈ ਜਦੋਂ ਸਜ਼ਾ ਨਹੀਂ ਸਖਤ ਹੁੰਦੀ ਤੇ ਇਹ ਨਿਕਲ ਜਾਂਦੇ ਆ ਫਿਰ ਇਸ ਤਰ੍ਹਾਂ ਕੋਈ ਕੋਈ ਨਹੀਂ ਕਰਦਾ ਗੱਲ ਤਾਂ ਇਹ ਆ ਗਈ ਸਾਰੀ ਕੋਈ ਜ਼ਿੰਮੇਵਾਰੀ ਨਹੀਂ ਸਮਝਦਾ ਆਪਦੀ ਜਿਨ੍ਹਾਂ ਚਿਰ ਅਸੀਂ ਆਪਦੀ ਜ਼ਿੰਮੇਵਾਰੀ ਨਹੀਂ ਸਮਝਦੇ ਨਾ ਉਹਨਾਂ ਚਿਰ ਗੱਲ ਨਹੀਂ ਬਣਦੀ ਹੁਣ ਮੈਂ ਕੱਲ ਤਹਿਸੀਲਦਾਰ ਦਫ਼ਤਰ ਗਿਆ ਤੇ ਵੀਡੀਓ ਦਾ ਉਤਰ ਗਿਆ ਇੱਕ ਐਪਲੀਕੇਸ਼ਨ ਦਿੱਤੀ ਵੀ ਹੈ ਉਹ ਡਾਇਰੈਕਟਰ ਦੇ ਹੁਕਮ ਹੈ ਡੀਸੀ ਸਾਹਿਬ ਦੇ ਹੁਕਮ ਹੈ ਨੰਬਰ ਲਵਾ ਕੇ ਦਿੱਤੀ ਵੀ ਹੈ ਜੇ ਤੋ ਆਮ ਬੰਦਾ ਹੁੰਦਾ ਤਾਂ ਆਉਂਦਿਆ ਆਉਂਦਾ ਮੈਂ ਐਪਲੀਕੇਸ਼ਨ ਲਿਖ ਕੇ ਨੰਬਰ ਲਵਾ ਕੇ 566 ਨੰਬਰ ਹੈ ਨਾ ਤਾਂ ਉਹ ਤਹਿਸੀਲਦਾਰਾਂ ਵਾਲੇ ਦੱਸ ਰਹੇ ਆ ਨਾ ਵੀਡੀਓ ਵਾਲੇ ਦੱਸ ਰਹੇ ਆ ਵੀ ਉਹ ਐਪਲੀਕੇਸ਼ਨ ਹੀ ਗੁੰਮ ਦੇਖੋ ਮੇਰੇ ਕੋਲੇ ਨੰਬਰ ਆ ਸਾਰਾ ਪ੍ਰੂਫ ਆ ਤੇ ਡੀਸੀ ਸਾਹਿਬ ਦੇ ਹੁਕਮਾਂ ਡਾਇਰੈਕਟਰ ਦੇ ਹੁਕਮਾਂ ਤਾਂ ਵੀ ਨਹੀਂ ਕੋਈ ਗੋਲ ਰਿਹਾ ਉਹ ਕਹਿੰਦੇ ਜੀ ਫੇਰ ਬਾਅਦ ਚ ਐਂਡ ਤੇ ਕੀ ਆਇਆ ਆ ਕਿ ਜੀ ਅਸੀਂ ਪੜਤਾਲ ਕਰਤੀ ਜੀ ਤਾਂ ਪੜਤਾਲ ਕਰਕੇ ਦਫਤਰ ਦਾਖਲ ਕਰਤੀ ਉਹ ਜੀਨੇ ਦਰਖਾਸਤ ਦਿੱਤੀ ਆ ਉਹਦੇ ਤੁਸੀਂ ਪਿੰਡ ਗਏ ਹੋ ਕਿਸੇ ਨੂੰ ਪੁੱਛਿਆ ਪੜਤਾਲ ਕਿਸੇ ਬੰਦੇ ਤੋਂ ਤਾਂ ਹੋ ਕਰੀ ਹੋਊਗੀ ਪਤਾ ਨਹੀਂ ਇਹ ਇਹ ਕੰਮ ਕਰਦੇ ਆ ਜੀ ਤੁਸੀਂ ਨਵੀਂ ਦਰਖਾਸਤ ਦੇ ਦਿਓ ਸਾਨੂੰ ਮਤਲਬ ਕਿ ਪਬਲ ਪੁੱਛੇ ਜੀ ਬਾਈ ਰੱਖਦੇ ਆ ਤਾਂ ਕਰਕੇ ਆਮ ਪਬਲ ਖਰਾਨ ਹੁੰਦੀ ਆ ਇਹਨਾਂ ਕੋਈ ਸੁਝਾਅ ਬਹੁਤ ਵਧੀਆ ਜਾਇਦੇ ਅੰਕਲ ਜੀ ਨੇ ਵਧੀਆ ਸਹਿਯਾ ਦਿੱਤੇ ਆ ਕਿਸਾਨਾਂ ਬਾਰੇ ਵੀ ਕਿਸਾਨਾਂ ਵੀ ਅਸੀਂ ਵੀ ਥੋੜਾ ਜਿਹਾ ਅਣਗਿੱਲੀਆਂ ਕਰਨ ਲੱਗ ਗਏ ਸਾਨੂੰ ਵੀ ਸਮਝਣ ਦੀ ਲੋੜ ਆ ਆਪਣੇ ਆਪ ਨੂੰ ਜਦੋਂ ਸਮਝਾਂਗੇ ਫੇਰ ਹੀ ਦੂਜੇ ਨੂੰ ਕਹਿ ਸਕਦੇ ਆ ਧੰਨਵਾਦ ਬਿਲਕੁਲ ਜੀ ਬਿਲਕੁਲ ਇਹ ਐਪਲੀਕੇਸ਼ਨਾਂ ਦਾ ਤਾਂ ਆਪਾਂ ਹਾਲ ਦੇਖਿਆ ਹੀ ਐ ਵੀ ਮੈਂ ਇੱਕ ਪ੍ਰੋਗਰਾਮ 'ਚ ਵੀ ਦਿਖਾਇਆ ਸੀ ਵੀ ਮੇਰੇ ਬੈਠੇ ਹੀ ਉਹਨਾਂ ਨੇ ਐਪਲੀਕੇਸ਼ਨ ਬਾੜਤੀ ਸੀ ਤੇ ਕਹਿੰਦੇ ਸੀ ਵੀ ਆਪਾਂ ਤਾਂ ਮੁੱਕਰ ਜਾਾਂਗੇ ਕਿ ਸਾਡੇ ਕੋਲ ਤਾਂ ਜੀ ਆ ਹੀ ਨਹੀਂ ਇਹ ਸੋ ਇਸੇ ਤਰੀਕੇ ਨਾਲ ਫੇਰ ਇਦਾਂ ਦੇ ਲੋਕ ਜਿਹੜੇ ਨੇ ਐਪਲੀਕੇਸ਼ਨਾਂ ਦੇ ਆਂਦੇ ਨੇ ਸਾਡੇ ਵਰਗੇ ਲੋਕ ਐਪਲੀਕੇਸ਼ਨਾਂ ਦੇ ਆਂਦੇ ਆ ਉਹ ਫਿਰ ਪਾੜ ਦਿੱਤੀ ਜਾਂਦੀ ਹੈ ਸਮੇਂ ਨਹੀਂ ਆਉਂਦੀ ਫਿਰ ਗਵਾ ਦਿੱਤੀ ਜਾਂਦੀ ਹੈ ਤੇ ਫਿਰ ਇਹ ਹੁੰਦਾ ਵੀ ਚਲੋ ਠੀਕ ਹੈ ਐ ਕਰੋ ਜੀ ਤੁਸੀਂ ਐਪਲੀਕੇਸ਼ਨ ਦੁਬਾਰਾ ਦੇ ਦਿਓ ਅੰਕਲ ਗਿਆਨ ਚੰਦ ਜੀ ਕੁਝ ਤੁਸੀਂ ਸਰਦ ਠੀਕ ਹੈ ਜੀ ਇਹ ਜਿਹੜਾ ਆ ਸਿਰਫ ਅੱਜ ਇਹਨਾਂ ਨੇ ਇਕੱਲਾ ਸੁੰਨਾ ਤੇ ਗੁਰਦੇਵ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਸੀਗੇ ਜੀ ਜਿਵੇਂ ਇਹਨਾਂ ਨੇ ਕਿਹਾ ਵੀ ਸਾਨੂੰ ਬਣਨਾ ਚਾਹੀਦਾ ਹੈ ਗੁਰਬਾਣੀ ਚਾਉਂਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਜਦੋਂ ਅਸੀਂ ਨਹੀਂ ਚੰਗੇ ਤੇ ਫਿਰ ਦੂਸਰੇ ਨੂੰ ਬੁਰਾ ਕਹਿਣ ਨਾਲ ਕੋਈ ਉਹ ਵੱਡੀ ਵਡਿਆਈ ਨਹੀਂ ਬਣਦੀ ਆਪੇ ਲੋ ਚੰਗੇ ਬਣੀਏ ਤੇ ਦੀਵਾਲੀ ਦੇ ਦੀਵਿਆਂ ਬਾਰੇ ਕਿਸੇ ਨੇ ਲਿਖਿਆ ਕਹਿੰਦਾ ਦੀਵਾਲੀ ਕੀ ਰਾਤ ਹੈ ਸਾਰੇ ਚਿਰਾਗ ਗੁੱਲ ਕਰ ਦੋ ਦੀਵਾਲੀ ਕੀ ਰਾਤ ਹੈ ਸਾਰੇ ਚਿਰਾਗ ਗੁੱਲ ਕਰ ਦੋ ਖੁਸ਼ੀਆਂ ਕੇ ਰਾਤ ਮੈਂ کیا ਕਾਮ ਹੈ ਜਲਨੇ ਵਾਲੋਂ ਕਹਿੰਦਾ ਜਿਹੜੀਆਂ ਅਸੀਂ ਅੱਜ ਜਲਸੀ ਕਰਦੇ ਹਾਂ ਇੱਕ ਦੂਜੇ ਨਾਲ ਉਹ ਜਲਦੇ ਹਾਂ ਅਸੀਂ ਤੇ ਇਸ ਕਰਕੇ ਦੀਵਿਆਂ ਦੇ ਤੌਰ ਤੇ ਉਹਨੇ ਕਿਹਾ ਵੀ ਸ਼ਾਂਤੀ ਨਾਲ ਅੰਦਰਲੇ ਜੀਵੇ ਜਗਾਓ ਤੇ ਆਪਣੀਆਂ ਦੀਵਾਲੀਆਂ ਤੇ ਖੁਸ਼ੀਆਂ ਮਨਾਓ ਧੰਨਵਾਦ ਬਿਲਕੁਲ ਸਤਿ ਸਾਨੂੰ ਗ੍ਰੀਨ ਟਰੂਨਲ ਦਾ ਹੁਕਮ ਹੈ ਵੀ ਅਸੀਂ ਪਟਾਕੇ ਵੇਚਣੇ ਨਹੀਂ ਪਾਵੰਦੀ ਐ ਤੇ ਸਾਡਾ ਪ੍ਰਸ਼ਾਸਨ ਕੀ ਕਰ ਰਿਹਾ ਉਹਨਾਂ ਨੂੰ ਜਗਾ ਅਲਾਟ ਕਰ ਰਿਹਾ ਜਗਾ ਦੇ ਰਿਹਾ ਉਹ ਵੱਧ ਤੋਂ ਵੱਧ ਵੀ ਇੱਕ ਅਸੀਂ ਉਹਦਾ ਗ੍ਰੀਨ ਟਰੂਨਲ ਦਾ ਹੁਕਮ ਨਹੀਂ ਮੰਨਦੇ ਸਾਨੂੰ ਦੀਵਾਲੀ ਮਨਾਉਣੀ ਚਾਹੀਦੀ ਆ ਹਰੀ ਦੀਵਾਲੀ ਮਨਾਉਣੀ ਚਾਹੀਦੀ ਆ ਪੌਦੇ ਲਾ ਕੇ ਤੇ ਗ੍ਰੀਨ ਦੀਵਾਲੀ ਬਣਾਉਣੀ ਚਾਹੀਦੀ ਆ ਨਾ ਕਿ ਪਟਾਕਿਆਂ ਨੂੰ ਅੱਗ ਲਾ ਕੇ ਅੱਗ ਲਾਈਏ ਜੀ ਜ਼ਰੂਰ ਲਾਈਏ ਪਰ ਅੱਗ ਲਾਈਏ ਆਪਣੀ ਹਉਮੇ ਨੂੰ ਆਪਣੇ ਮਾਰੇ ਗੁਨਾ ਨੂੰ ਇਹਨਾਂ ਨੂੰ ਅੱਗ ਜੇ ਅਸੀਂ ਲਾ ਦੇਾਂਗੇ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਜਿਆਦਾ ਰੰਗीन ਜਿਹੜੀ ਦੀਵਾਲੀ ਹੈ ਉਹ ਮਨਾ ਲਾਂਗੇ ਤੇ ਅੱਜ ਦੇ ਲਈ ਸਾਰੇ ਹੀ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਖੁਸ਼ੀਆਂ ਮਨੋ